ਮੁਦੱਸਰ ਬੜ ਸਾਹਿਬ, ਤੁਸੀਂ ਸਾਡੀ ਮਾਂ ਬੋਲੀ ਦੇ ਉਹ ਸੇਵਕ ਹੋ ਜਿਹੜੇ ਹੁਣ ਤੋਂ ਨਹੀਂ ਕਈ ਦਿਹਾਈਆਂ ਤੋਂ ਇਹ ਪਰਚਮ ਲੈ ਕੇ ਨਿਕਲੇ ਹੋ ਅਤੇ ਦਿਲ ਨਾਲ ਰਤਨ ਨਾਲ ਜੁੜ ਕੇ, ਆਪਣੀ ਅਖਦਾਰ ਨਾਲ ਜੁੜ ਕੇ, ਆਪਣੀ ਜ਼ਮੀਨ ਨਾਲ ਜੁੜ ਕੇ ਅਤੇ ਆਪਣੇ ਇਸ ਪੰਜਾਬ ਨਾਲ ਇਸ ਤਰ੍ਹਾਂ ਜੁੜੇ ਜਿਹੜੀ ਦੂਸਰੀ ਮਿਸਾਲ ਇਸ ਮੁਲਕ 'ਚ ਹੋਰ ਕੋਈ ਨਹੀਂ ਹੈਗੀ। ਬੇਸ਼ੁਮਾਰ ਲੋਕ ਨੇ ਐਵੇਂ ਆਪਣੀ ਛੋਟੇ ਛੋਟੇ ਗਿਮਿਕਸ ਕ੍ਰੀਏਟ ਕਰਦੇ ਰਹਿੰਦੇ ਨੇ। ਤੁਸੀਂ ਉਹ ਐਕਟਿਵ ਪਰਸਨ ਹੋ ਜਿਨ੍ਹਾਂ ਨੇ ਫਿਜ਼ੀਕਲੀ ਕਈ ਦਿਹਾਈਆਂ 'ਚ ਤੁਹਾਡਾ ਭੁਲੇਖਾ ਪੰਜਾਬੀ ਦਾ ਅਖਬਾਰ ਜਿਹੜਾ ਕਿੰਨੀਆਂ ਦਿਹਾਈਆਂ 'ਚ ਹੈ ਕੋਈ ਦੂਜਾ ਇੱਥੇ, ਅਤੇ ਮੈਂ ਵੀ ਤੁਹਾਡਾ ਬਿਲਕੁਲ ਵਲੰਟੀਅਰ ਤੁਹਾਡਾ ਵਰਕਰ ਹੈਗਾ। ਮੇਰੀਆਂ ਸਾਰੀਆਂ ਦੁਆਵਾਂ, ਮੇਰੇ ਤੁਹਾਡੇ ਬਾਅਦ ਈਵੈਂਟਸ ਨਹੀਂ ਆਉਣਾ ਹੁੰਦਾ ਅਤੇ ਉਹ ਮੇਰੀ ਚੁੱਕੇ ਤੁਹਾਡੇ ਇਲਮ 'ਚ ਮੇਰੀ ਭੱਜ ਦੌੜ ਜਿਹੜੀ ਉਹ ਇਸ ਆਲਮੇ ਪੀਰੀ 'ਚ ਜਵਾਨੀ ਤੋਂ ਜ਼ਿਆਦਾ ਹੋ ਗਈ ਹੈ। ਮੈਂ ਕਿਤੇ ਵੀ ਹੈਗਾ ਤੁਹਾਡੇ ਨਾਲ ਹੈਗਾ, ਤੁਹਾਡੇ ਮਿਸ਼ਨ 'ਚ ਹੈਗਾ ਔਰ ਤੁਹਾਡੇ ਝੰਡੇ ਦੇ ਥੱਲੇ ਹੈਗਾ। ਸਲਾਮਤ ਰਹੋ। ਇੱਥੇ ਲੋਕਾਂ ਨੇ ਉਹ ਜਿਹੜੇ ਹੈਗੇ ਨਾ ਖੋਚਲ, ਉਹਨਾਂ ਨੇ ਇਹਨੂੰ ਆਪਣਾ ਇੱਕ ਗਿਮਿਕ ਬਣਾਇਆ ਆਪਣੇ ਸਰਵਾਈਵਲ ਦਾ ਔਰ ਆਪਣੀ ਵਿਊਰਸ਼ਿਪ ਵਧਾਉਣ ਦਾ। ਤੁਸੀਂ ਸੱਚਮੁੱਚ ਦਾ ਕੰਮ ਕਰਦੇ ਪਏ ਹੋ ਔਰ ਬਿਲਕੁਲ ਉਸ ਤਰ੍ਹਾਂ ਕਰਦੇ ਪਏ ਹੋ ਜਿਹੜੇ ਆਪਣੇ ਕਰਨ ਦਾ ਹੱਕ ਹੈਗਾ। ਅਤੇ ਜਿਉਂਦੇ ਵਸਦੇ ਰਹੋ, ਸਲਾਮਤ ਰਹੋ। ਮੈਂ ਹਮੇਸ਼ਾ ਹੀ ਤੁਹਾਡੇ ਝੰਡੇ ਦੇ ਥੱਲੇ ਹੈਗਾ। ਅੱਲਾ ਤੁਹਾਨੂੰ ਆਸਾਨੀਆਂ, ਮਜ਼ੀਦ ਮੁਆਕਤ, ਔਰ ਜਿਹੜਾ ਮਿਸ਼ਨ ਲੈ ਕੇ ਤੁਸੀਂ ਤੁਰੇ ਹੋ ਕਾਫੀ ਉਹਦੇ ਕੁਛ ਨਾ ਕੁਛ ਤਾਂ ਹੱਲ ਹੋ ਗਏ ਨੇ। ਇਨਸ਼ਾ ਅੱਲਾ ਤਾਲਾ ਸਾਰੀ ਮੈਜੋਰਟੀ ਤੁਹਾਡੇ ਨਾਲ ਹੈਗੀ ਹੈ ਅਤੇ ਅੱਲਾ ਕਰੇਗਾ। ਬਾਕੀ ਆ ਜੋ ਵੀ ਤੁਸੀਂ ਆਪਣਾ ਮਨਸ਼ੂਰ ਬਣਾ ਕੇ ਆਇਆ ਸਾਡੀ ਰਿਕੁਆਇਰਮੈਂਟ, ਉਹ ਇਨਸ਼ਾ ਅੱਲਾ ਤਾਲਾ ਇਸੇ ਦੌਰ 'ਚ ਜਿਹੜੀ ਉਹ ਮਿਲ ਜਾਏਗੀ ਇਨਸ਼ਾ ਅੱਲਾ ਤਾਲਾ। ਜਿਉਂਦੇ ਵਸਦੇ ਰਹੋ, ਸਲਾਮਤ ਰਹੋ, ਰੱਬ ਦੀਆਂ ਰੱਖਾਂ।